Z5 ऐप डाउनलोड करो ते देखो पूरे एपिसोड बिल्कुल फ्री। हाँ जी हाँ जी, कल तुहाडे नाल पाठ ते मिलदी आ। हाँ जी, ओके बाय। ओ वाह, अज तां मेरा जिगर दा टुकड़ा बहुत खुश नजर आ रहा। हाँ जी मम्मी जी, मैं ना एक काम पूरा करना सी, उसीलिए थोड़ी मदद मंगन आई सी। काम? केड़ा काम? ओ मम्मी जी, मेनू ना खाना बनाना सीखना है। मेनू ना डेविल जीते लिए कुछ वधिया जा बनाना है। अच्छा, इदा मतलब तू मेरे दिलजीत दा दिल जीतन दी तैयारी कर रही है। ओ कहंदे ने ना, आदमी दे दिल दा राह ओदे टिड च ही जांदा है। ओहो नहीं नहीं मम्मी जी, इदा तो कुछ भी नहीं है। ਉਹ ਨਾ ਸਾਰਾ ਦਿਨ ਮੇਰਾ ਮਜ਼ਾਕ ਉਡਾਉਂਦੇ ਰਹਿੰਦੇ ਨੇ ਕਿ ਮੈਨੂੰ ਕੁਝ ਵੀ ਬਣਾਉਣਾ ਨਹੀਂ ਆਉਂਦਾ। ਫਿਰ ਮੈਂ ਵੀ ਸੋਚਿਆ ਕਿ ਮੈਂ ਵੀ ਉਹਨਾਂ ਨੂੰ ਵਿਖਾ ਹੀ ਦੇਵਾਂ ਕਿ ਹੀਟ ਜੋ ਚਾਹੇ ਉਹ ਕਰ ਸਕਦੀ ਹੈ। ਉਹ ਹੋਣਗੇ ਵਰਲਡ ਬੈਸਟ ਸ਼ੈਫ, ਪਰ ਹੀਰ ਵੀ ਕਿਸੇ ਤੋਂ ਘੱਟ ਨਹੀਂ ਹੈ। ਬਿਲਕੁਲ, ਤੂੰ ਵੀ ਤੇ ਬੈਸਟ ਹੈ। ਚੰਗਾ, ਮੈਨੂੰ ਇਹ ਦੱਸ ਕਦੋਂ ਤੋਂ ਖਾਣਾ ਬਣਾਉਣਾ ਸਿੱਖਣਾ? ਨੇ ਕੰਮ 'ਚ ਦੇਰੀ ਕਿਉਂ? ਤੁਸੀਂ ਨਾ ਮੈਨੂੰ ਅੱਜ ਹੀ ਖਾਣਾ ਬਣਾਉਣਾ ਸਿਖਾ ਦਿਓ। ਅੱਛਾ ਹਾਂ, ਤੇ ਨਾਲ ਨਾ ਮੈਂ ਉਹਨਾਂ ਦੇ ਲਈ ਵਧੀਆ ਜਿਹਾ ਡਿਨਰ ਬਣਾਉਂਗੀ। ਉਹ ਆਣਗੇ ਤੇ ਉਹ ਸਰਪ੍ਰਾਈਜ਼ ਹੋ ਜਾਣਗੇ। ਹਾਂ ਸਰਪ੍ਰਾਈਜ਼ ਤੇ ਹੋਣਗੇ ਹੀ। ਤੂੰ ਇੱਕ ਕੰਮ ਕਰ, ਪਹਿਲਾਂ ਤੂੰ ਸੋਚ ਕਿ ਤੂੰ ਬਣਾਉਣਾ ਕੀ ਹੈ, ਫਿਰ ਉਹਦੇ ਲਈ ਜੋ ਵੀ ਸਮਾਨ ਚਾਹੀਦਾ ਤੂੰ ਆਪਣੇ ਸਟਾਫ ਤੋਂ ਮੰਗਵਾ ਲੈ, ਤੇ ਮੈਂ ਬਾਅਦ 'ਚ ਆ ਕੇ ਤੈਨੂੰ ਸਿਖਾ ਦਿੰਦੀ ਹਾਂ। ਪਰਫੈਕਟ, ਮੈਂ ਸਟਾਫ ਨਾਲ ਹੁਣੇ ਗੱਲ ਕਰਨੀ ਹੈ। ਇੱਕ ਮਿੰਟ ਜੀ ਮੰਮੀ ਜੀ। ਇੱਦਾਂ ਹੀ ਹੱਸਦੀ ਖੇਡਦੀ ਰਿਹਾ ਕਰ, ਚੱਲ ਜਾ ਹੁਣ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਕਮਾਲ ਰੁਬਾਨੀ ਦੇ ਲੈਟਰਸ ਹੈ। ਅੱਜ ਤੱਕ ਤੇ ਹੀਰ ਸੀ ਤੇ ਹੁਣ ਦਿਲਜੀਤ ਜਵੰਦਾ ਦੀ ਮੋਟੀ ਲੱਗ ਰਹੀ ਹੈ। ਬਾਬਾ ਜੀ, ਇਹ ਕ੍ਰਿਸ਼ਨਾ ਤੁਸੀਂ ਕੀਤਾ ਹੈ, ਮੇਰੀ ਅਰਦਾਸ ਸੁਣਦੇ। ਜੋ ਮੰਗੇ ਠਾਕੁਰ ਆਪਣੇ ਤੇ, ਸੋਈ ਸੋਈ ਦੇਵੇ। ਬਾਬਾ ਜੀ, ਬਸ ਹੁਣ ਇਹਨਾਂ ਦੋਨਾਂ ਦਾ ਰਿਸ਼ਤਾ ਇਦਾਂ ਹੀ ਹੋਰ ਗਹਿਰਾ ਹੁੰਦਾ ਰਹੇ। ਦਿਲਜੀਤ ਨੂੰ ਪਰਵਾਂ ਸ਼ਿਮਲਾ ਮਿਰਚ ਬਹੁਤ ਪਸੰਦ ਹੈ। ਸਭ ਤੋਂ ਪਹਿਲੇ ਜਦੋਂ ਉਹਨੇ ਖਾਣਾ ਬਣਾਉਣਾ ਸਿੱਖਿਆ ਸੀ ਤਾਂ ਇਹੀ ਸਬਜ਼ੀ ਬਣਾਈ ਸੀ। ਛੋਟੇ ਹੁੰਦਿਆਂ ਉਹ ਜਦੋਂ ਮੈਂ ਰਸੋਈ ਦੇ ਵਿੱਚ ਜਾਂਦੀ ਸੀ ਤਾਂ ਮੇਰੇ ਨਾਲ ਆ ਕੇ ਬਹਿ ਜਾਂਦਾ ਸੀ ਤੇ ਜਿੱਦ ਕਰਦਾ ਸੀ ਕਿ ਉਹਨੂੰ ਵੀ ਇਹੀ ਸਿੱਖਣਾ। ਇੱਕ ਮੇਰਾ ਵੱਡਾ ਮੁੰਡਾ ਹੁੰਦਾ ਸੀ ਕੇਵਲ, ਜਿਹੜਾ ਰਸੋਈ 'ਚ ਜਾਣ ਦਾ ਨਾਂ ਹੀ ਨਹੀਂ ਸੀ ਲੈਂਦਾ, ਤੇ ਦਿਲਜੀਤ ਰਸੋਈ 'ਚੋਂ ਬਾਹਰ ਨਿਕਲਣ ਦਾ ਨਾਂ ਨਹੀਂ ਲੈਂਦਾ ਸੀ। ਲੋਕਾਂ ਅੱਗੇ ਬਹੁਤ ਵੱਡੀ ਗੱਲ ਸੀ ਇਹ, ਉਹਨਾਂ ਦੇ ਦਿਲ ਦੇ ਵਿੱਚ ਤਾਂ ਇਹ ਇੱਕ ਹਵਾ ਜਿਹਾ ਸੀ ਕਿ ਰਸੋਈ ਦੇ ਵਿੱਚ ਔਰਤਾਂ ਹੀ ਕੰਮ ਕਰਦੀਆਂ ਨੇ। ਦਿਲਜੀਤ ਦੇ ਪਾਪਾ ਦਿਲਜੀਤ ਨੂੰ ਬਹੁਤ ਸਪੋਰਟ ਕਰਦੇ ਸੀ ਔਰ ਉਹਨਾਂ ਦਾ ਮੰਨਣਾ ਸੀ ਕਿ ਵੇਲਣ ਹੋਵੇ ਭਾਵੇਂ ਛੁਰੀ, ਉਹਨੂੰ ਕੀ ਪਤਾ ਕਿ ਉਹਨੂੰ ਮੁੰਡੇ ਨੇ ਫੜਿਆ ਜਾਂ ਕੁੜੀ ਨੇ। ਸਵਾਦ ਦਾ ਕੋਈ ਜੈਂਡਰ ਨਹੀਂ ਹੁੰਦਾ। ਵਾਓ, ਪਤਾ ਮੇਰੇ ਘਰ 'ਚ ਵੀ ਇਹੀ ਰੂਲ ਸੀ, ਮੇਰੇ ਪਾਪਾ ਦੀ ਵੀ ਇਹੀ ਸੋਚ ਸੀ। ਉਹਨਾਂ ਦਾ ਮੰਨਣਾ ਸੀ ਜੇ ਘਰ ਮੀਆਂ ਬੀਵੀ ਦੋਨਾਂ ਦਾ ਹੁੰਦਾ ਤੇ ਕੰਮ ਵੀ ਤਾਂ ਦੋਨਾਂ ਦਾ ਹੋਣਾ ਚਾਹੀਦਾ ਨਾ। ਹੋਰ ਤੇ ਹੋਰ ਮੰਮੀ ਜੀ ਦੀ ਅੱਖਾਂ ਤੋਂ ਅੱਥਰੂ ਨਾ ਆਣ, ਇਸ ਲਈ ਪਿਆਜ਼ ਕੱਟਣ ਦੀ ਡਿਊਟੀ ਪਾਪਾ ਹੀ ਲੈ ਲੈਂਦੇ ਸੀ। ਇਹੀ ਪਿਆਰ ਤੇ ਰਿਸ਼ਤਿਆਂ ਨੂੰ ਬਣਾ ਕੇ ਰੱਖਦਾ। ਜਗਜੀਤ ਜੀ ਤੇ ਪਰਮ ਜੀ ਨੇ ਤੈਨੂੰ ਬਹੁਤ ਚੰਗੀ ਪਰਵਰਿਸ਼ ਦਿੱਤੀ ਹੈ। ਮੈਂ ਤੇ ਦਿਲਜੀਤ ਦੇ ਪਾਪਾ ਇਹੀ ਚਾਹੁੰਦੇ ਸੀ ਕਿ ਕੁੜੀ ਹੋਵੇ ਤਾਂ ਕਿ ਪਰਿਵਾਰ ਪੂਰਾ ਹੋ ਜਾਵੇ। ਜੇ ਅੱਜ ਹੁੰਦੇ ਤਾਂ ਤੈਨੂੰ ਵੇਖ ਕੇ ਉਹਨਾਂ ਦੀ ਇਹ ਖਵਾਇਸ਼ ਵੀ ਪੂਰੀ ਹੋ ਜਾਣੀ ਸੀ। ਬੇਸ਼ੱਕ ਤੂੰ ਇਸ ਘਰ ਦੀ ਸੱਸ ਹੈ,
पर मेरे लिए तो तू ती है। सब तो वधिया गल पता की है कि जेड़ी सब्जी तो दिलजीत ने शुरुआत की सी अज ओही सब्जी तू बना रही है। कितना वधिया इत्तेफाक है ना मम्मी जी, मैं तो बहुत एक्साइटेड हाँ उन्हें का फर्स्ट रिएक्शन देखन ले। तेरी अखां दी चमक दस रही है कि ए सब तो दलजीत नूं कुछ साबित करन लिए नहीं बल्कि उन्हूं खुश करन लिए बना रही है। अब मम्मी ये ठीक है? हाँ डीजे हाले घर पहुंचने च सानू किन्ना टाइम लगेगा? हुणे तां निकले आं, घट्टो घट 45 मिनट लगणगे। की होया, पैर च ज्यादा दर्द हो रहा? नहीं, एक्चुअली मैनूं बहुत भुख लगी है। उत्थे मीटिंग च उन्हां ने किन्ने सारे स्नैक्स ऑफर किते सी, उत्थे क्यों नहीं खाता? उदों भुख नहीं सी लगी, हुण बहुत भुख लग रही है। खाली पेट ना मैं ज्यादा प्रॉब्लम हो रही है। हूँ तो असं हाईवे आ गए, मैनू नहीं लगता कि इतने कुछ खाने पीने मिलेगा। रस्ते में चाट पापड़ी वाले जरूर आएंगे, मैं जाते टाइम देखे से तुम उत्थे रोक लो, असं चाट पापड़ी खा लेंगे। नहीं नहीं, वो अनहाइजीनिक फूड होंगे, पता नहीं कितना बनाते हो गए, मैं नहीं लगता कि उत्थे खाना चाहिए। ओफो डीजे, ऐसा तो कुछ नहीं होंगे, तुम बहुत ज्यादा सोचते हो। ओ देखो चाट पापड़ी वाला आ गया, रुको 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 रुको। एक्सक्यूज मी, दो प्लेट चाट। नहीं मैं नहीं खाऊंगा। क्यों? मैं इकली थोड़ी खाऊंगी, प्लीज तुसी भी खा लो थोड़ा जा। सच दसा डीजे, जदों का मेरा ब्याह टुटिया ना मैनू इदा लगता कि मेरी लाइफ ही खत्म हो गई, पर देखो किस्मत ने सानू फिर तो एक बार मिलाता, वो भी इदा टीचर ते स्टूडेंट बना के। हम जो भी तुहाडे नाल होनी है ना हर एक सैकेंड च कुछ नवा ही सीखती हाँ। Z5 ऐप डाउनलोड करो ते वेखो सारे एपीसोड बिल्कुल फ्री।